ਸੀ ਮਨਜੀਤ ਮਾਨ ਉਹ ਤਲਵਾਰ ਚੱਕੀ ਫਿਰਦਾ ਉਹ ਕਹਿੰਦਾ ਚੱਕ ਦਿਆਂਗੇ ਫਿਰ ਤਲਵਾਰ ਆਉਣ ਨਾਲ ਯਾਰ ਅਸੀਂ ਪਿਆਰ ਦੀ ਗੱਲ ਕਰਦੇ ਹਾਂ ਤਲਵਾਰ ਦੀ ਗੱਲ ਕਰਦੇ ਕੋਈ ਕਹਿੰਦਾ ਜੀ ਐਮ ਪੀ ਬਣਾ ਦਿਓ ਤੇ ਬੰਦੀ ਸਿੰਘ ਰਿਹਾ ਹੋ ਜਾਣਗੇ ਐਮ ਪੀ ਬਣਨ ਨਾਲ ਬੰਦੀ ਸਿੰਘ ਛੁੱਟਦੇ ਨੇ ਪਹਿਲਾਂ ਹਰਸਿਮਰਤ ਤੇ ਸੁਖਬੀਰ ਬਾਦਲ ਛਡਾਉਣ ਉਦੋਂ ਨੀ ਐਮ ਪੀ ਨੂੰ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਅੰਦਰ ਭੇਜਿਆ ਉਹੀ ਕਾਨੂੰਨ ਇਹ ਵੀ ਕਹਿੰਦਾ ਕਿ ਇੰਨੇ ਚਿਰ ਤੋਂ ਬਾਹਰ ਆ ਜਾਏ ਕੱਲੇ ਪੰਜਾਬ ਦੇ ਨੀ ਤਮਿਲਨਾਡੂ ਦੇ ਗੁਜਰਾਤ ਦੇ ਬਹੁਤ ਸਾਰੇ ਲੋਕ ਬੈਠੇ ਜੇਲ੍ਹਾਂ ਚ ਪਰ ਇਹ ਥੋੜੀ ਹੈ ਕਿ ਉਹਨੂੰ ਐਮ ਪੀ ਬਣਾਓ ਕੋਈ ਕਹਿੰਦਾ ਜੀ ਐਮ ਪੀ ਬਣਾ ਦਿਓ ਤੇ ਬੰਦੀ ਸਿੰਘ ਰਿਹਾ ਹੋ ਜਾਣਗੇ ਐਮ ਪੀ ਬਣ ਦਿਓ ਸਾਰੀ ਕਿਸੇ ਐਮ ਪੀ ਬਣਨ ਦੇ ਕਲੋਜ ਚ ਨਹੀਂ ਲਿਖਿਆ ਹੈ ਜੇ ਤੁਸੀਂ ਐਮ ਪੀ ਬਣ ਜਾਓ ਤਾਂ ਤੁਸੀਂ ਕਿਸੇ ਜਿਹੜਾ ਕੋਰਟ ਨੇ ਸਜ਼ਾ ਦਿੱਤੀ ਹੈ ਉਹਨੂੰ ਛਡਾ ਦੋਗੇ ਜੇ ਐਮ ਪੀ ਬਣਨ ਨਾਲ ਬੰਦੀ ਸਿੰਘ ਛੁੱਟਦੇ ਨੇ ਤਾਂ ਪਹਿਲਾਂ ਹਰਸਿਮਰਤ ਤੇ ਸੁਖਬੀਰ ਬਾਦਲ ਛਡਾਉਣ ਉਦੋਂ ਨੀ ਐਮ ਪੀ ਨੂੰ ਮੈਂ ਚਾਹੁੰਦਾ ਇਹ ਮੇਰੀ ਮੈਂ ਚਾਹੁੰਦਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਬਾਹਰ ਆਉਣੇ ਚਾਹੀਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਅੰਦਰ ਭੇਜਿਆ ਉਹੀ ਕਾਨੂੰਨ ਇਹ ਵੀ ਕਹਿੰਦਾ ਕਿ ਇੰਨੇ ਚਿਰ ਤੋਂ ਬਾਹਰ ਆ ਜਾਏਗਾ ਨਹੀਂ ਚਾਹੁੰਦਾ ਹੱਕ ਚ ਕੱਲੇ ਪੰਜਾਬ ਦੇ ਨਹੀਂ ਤਮਿਲਨਾਡੂ ਦੇ ਗੁਜਰਾਤ ਦੇ ਬਹੁਤ ਸਾਰੇ ਲੋਕ ਬੈਠੇ ਜੇਲ੍ਹਾਂ ਚ ਜਿਨ੍ਹਾਂ ਨੇ ਜੇਲ੍ਹਾਂ ਦੀ ਸਜ਼ਾ ਪੂਰੀ ਹੋ ਗਈ ਪਰ ਨਹੀਂ ਬਾਹਰ ਕੀਤੇ ਪਰ ਇਹ ਥੋੜ੍ਹੀ ਹੈ ਕਿ ਉਹਨੂੰ ਐਮ ਪੀ ਬਣਾਓ ਫੇਰ ਕਰਾਂਗੇ ਇਹ ਕੀ ਗੱਲ ਹੈ ਇਹ ਗੱਲ ਹੈ ਤੇ ਦੂਜਾ ਸਿਮਰਜੀਤ ਮਾਨ ਉਹ ਤਲਵਾਰ ਚੱਕੀ ਫਿਰਦਾ ਉਹ ਕਹਿੰਦਾ ਚੱਕ ਦਿਆਂਗੇ ਫਿਰ ਤਲਵਾਰ ਆਉਣ ਨਾਲ ਯਾਰ ਅਸੀਂ ਪਿਆਰ ਦੀ ਗੱਲ ਕਰਦੇ ਹਾਂ ਤਲਵਾਰ ਦੀ ਗੱਲ ਕਰਦੇ ਕੋਈ ਹੱਦ ਹੈ ਅਸੀਂ ਤਰੱਕੀ ਦੀ ਗੱਲ ਕਰਦੇ ਹਾਂ ਕਿ ਸਾਡੇ ਜਵਾਕਾਂ ਨੂੰ ਰੋਜ਼ਗਾਰ ਮਿਲੇ ਰੋਜ਼ ਮੇਰੀ ਕਿਸੇ ਫੈਕਟਰੀਆਂ ਨਾਲ ਗੱਲ ਹੁੰਦੀ ਹੈ ਕਹਿੰਦੇ ਕਿਤੇ ਇੱਥੇ ਭਦੌੜ ਲਾ ਦਿਓ ਇੱਥੇ ਲਾ ਦਿਓ ਜੀ ਸਾਡੇ ਬੰਦਿਆਂ ਨੂੰ ਕੰਮ ਦੇ ਦਿਓ ਬਸ ਸਾਡੇ ਮੁੰਡਿਆਂ ਨੂੰ ਕੁੜੀਆਂ ਨੂੰ ਕੰਮ ਦੇ ਦਿਓ ਮੇਰਾ ਤਾਂ ਇਹ ਇੱਛਾ ਉਹ ਕਹਿੰਦੇ ਮੁੰਡੇ ਕੁੜੀ ਨੂੰ ਉੱਧਰ ਲਾ ਦਿਓ ਚਲੋ ਅਸੀਂ ਉੱਧਰ ਨੂੰ ਚੱਲੀਏ ਨਹੀਂ ਯਾਰ ਇਹ ਕੀ ਗੱਲ ਮੈਨੂੰ ਰੋਜ਼ ਮੈਨੂੰ ਧਮਕੀਆਂ ਤੈਨੂੰ ਮਾਰ ਦੇਣਗੇ ਕੱਲ ਸਿੰਘ ਤੋਂ ਡਬਲ ਜ਼ਿੰਦਗੀ ਜਾਈ ਬੈਠਾ ਕੀ ਹੋ ਜੂਗਾ ਮਾਰ ਦਿਓ ਅੱਜ ਮਾਰ ਦਿਓ ਕੱਲ ਨੂੰ ਮਾਰ ਦਿਓ ਅਸਲ ਚ ਇਹਨਾਂ ਤੋਂ ਇਹਨਾਂ ਨੂੰ ਹਜ਼ਮ ਹੀ ਨਹੀਂ ਹੋ ਰਿਹਾ ਕਿ ਆਮ ਘਰਾਂ ਦਾ ਮੁੰਡਾ ਕਿਵੇਂ ਬਣ ਗਿਆ ਉਸ ਕੁਰਸੀ ਤੇ